ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਬੇਹੱਦ ਪੰਜਾਬ ਦੇ ਵਿੱਚ ਠੰਡ ਪੈ ਰਹੀ ਹੈ, ਇੰਨੀ ਹੀ ਠੰਡ ਹਰਿਆਣੇ ਦੇ ਵੱਲ, ਦਿੱਲੀ ਦੇ ਵੱਲ ਅਤੇ ਕਈ ਹੋਰ ਸੂਬਿਆਂ ਦੇ ਵੱਲ ਹੈ। ਲਗਾਤਾਰ ਪੰਜਾਬ ਦੇ ਵਿੱਚ ਕੰਬਣੀ ਛਿੜਨ ਦੇ ਕਰਕੇ ਲੋਕਾਂ ਦੀ ਮੌਤ ਹੋ ਰਹੀ ਹੈ। ਇਕੱਲੇ ਲੁਧਿਆਣੇ ਦੇ ਵਿੱਚ ਹੁਣ ਤੱਕ 8 ਲੋਕਾਂ ਦੀ ਮੌਤ ਦੀ ਖਬਰ ਪ੍ਰਾਪਤ ਹੋਈ ਹੈ। ਅੱਜ ਬਠਿੰਡੇ ਦੇ ਵਿੱਚ 2 ਲੋਕਾਂ ਨੇ ਮਰ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਹਰ ਰੋਜ਼ ਪੰਜਾਬ ਦੇ ਵਿੱਚ ਕਈ ਕਈ ਸੜਕ ਹਾਦਸੇ ਵਾਪਰ ਰਹੇ, ਜਿਹਦੇ ਕਰਕੇ ਜਾਨੀ ਵੀ ਅਤੇ ਮਾਲੀ ਨੁਕਸਾਨ ਵੀ ਲੋਕਾਂ ਦਾ ਹੋ ਰਿਹਾ। ਬਿਲਕੁਲ ਸੂਰਜ ਦੀ ਟਿੱਕੀ ਦਿਖਾਈ ਨਹੀਂ ਦੇ ਰਹੀ ਪਿਛਲੇ 3 ਦਿਨਾਂ ਤੋਂ। ਮੌਸਮ ਵਿਭਾਗ ਨੇ ਭਵਿੱਖਬਾਣੀ ਇਹ ਕੀਤੀ ਆ ਕਿ 31 ਤਰੀਕ ਤੱਕ, ਯਾਨੀ ਕਿ 31 ਦਸੰਬਰ ਤੱਕ, ਪਾਰਾ ਇਸੇ ਤਰੀਕੇ ਨਾਲ ਰਾਤ ਦੇ ਵੇਲੇ ਲੁੜਕਦਾ ਰਹਿਣਾ। ਇਹ 1 ਡਿਗਰੀ ਤੱਕ ਵੀ ਜਾ ਸਕਦਾ, ਇਹ ਭਵਿੱਖਬਾਣੀ ਕਰ ਦਿੱਤੀ ਗਈ ਹੈ। 31 ਦਸੰਬਰ ਨੂੰ ਪੰਜਾਬ ਦੇ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਉਹ ਮੀਂਹ ਜੇਕਰ ਪੈ ਜਾਂਦਾ ਤਾਂ 18 ਵਧੂਗੀ ਜਾਂ ਘਟੂਗੀ ਜਾਂ ਕੀ ਹੋਊਗਾ, ਇਹ ਵਕਤ ਦੱਸੂਗਾ। ਪਰ ਇਸ ਮੌਸਮ ਦੇ ਵਿੱਚ ਜਦੋਂ ਚੌਂ ਪਾਸੇ ਕਾਂਬਾ ਛਿੜਿਆ ਹੋਇਆ, ਜਦੋਂ ਲੀੜਾ ਲੱਤਾ ਪਾ ਕੇ ਵੀ 18 ਚੜ੍ਹਦੀ ਹੈ, ਜਦੋਂ ਰੰਜਾਈ ਦੇ ਵਿੱਚ ਕੰਬੜੀ ਛਿੜੀ ਹੋਈ ਹੈ, ਉਸ ਵਕਤ ਹਿਮਾਚਲ ਜਾਂ ਹੋਰ ਆਲੇ ਦੁਆਲੇ ਦੇ ਖੇਤਰਾਂ ਦੇ ਵੱਲ ਲੋਕ ਬੜੀ ਵੱਡੀ ਗਿਣਤੀ ਦੇ ਵਿੱਚ ਜਾ ਰਹੇ ਆ, ਕਿਉਂਕਿ ਐਤਕੀ ਹਿਮਾਚਲ ਪ੍ਰਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਵੱਲ ਬਰਫ਼ ਚੰਗੀ ਪੈ ਗਈ ਹੈ। ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਐਤਕੀ ਹੋਟਲ ਬੁਕਿੰਗ ਆ ਜਿਹੜੀ ਐਡਵਾਂਸ, ਉਹ 60% ਤੱਕ ਹੋ ਚੁੱਕੀ ਹੈ, ਕਿਉਂਕਿ ਨਵਾਂ ਵਰਾ ਚੜ੍ਹਦਾ ਵੇਖਣ ਦੇ ਲਈ ਅਤੇ ਉਹ ਉੱਥੇ ਲੋਕ ਹੁੰਮ ਹੁਮਾ ਕੇ ਪਹੁੰਚਦੇ ਆ। ਲੋਕਾਂ ਦੇ ਆਪਦੇ ਮਨ ਦੀ ਇੱਛਾ ਹੁੰਦੀ ਆ ਕਿ ਅਸੀਂ ਕਿਸੇ ਪਹਾੜੀ ਖੇਤਰ ਦੇ ਵੱਲ ਜਾ ਕੇ, ਅਸੀਂ ਕਿਸੇ ਹੋਰ ਖੇਤਰ ਦੇ ਵੱਲ ਜਾ ਕੇ ਨਵਾਂ ਵਰਾ ਚੜ੍ਹਾਈਏ। ਜੰਮੂ ਕਸ਼ਮੀਰ ਦੇ ਵਿੱਚ ਜਦੋਂ ਤੋਂ ਧਾਰਾ 370 ਹਟਾਈ ਗਈ ਹੈ, ਉਸ ਵਕਤ ਤੋਂ ਸੈਲਾਨੀ ਨੇ ਜਿਹੜੇ ਘੁੰਮਣ ਫਿਰਨ ਦੇ ਸ਼ੌਕੀਨ ਨੇ, ਉਹ ਉੱਧਰਲੇ ਪਾਸੇ ਜਾਣੇ ਘੱਟ ਗਏ ਆ ਅਤੇ ਹਿਮਾਚਲ ਪ੍ਰਦੇਸ਼ ਦੇ ਵੱਲ ਵੱਧ ਗਏ ਆ। ਇਸੇ ਕਰਕੇ ਹਿਮਾਚਲ ਪ੍ਰਦੇਸ਼ ਦਾ ਜਿਹੜਾ ਉੱਥੇ ਟੂਰਿਸਟ ਪੁਆਇੰਟ ਜਿਹੜਾ ਬਣਿਆ ਹੋਇਆ, ਉੱਥੋਂ ਦੇ ਲੋਕ ਆ ਜਿਹੜੇ, ਭਾਵੇਂ ਉਹ ਖਾਣ ਪੀਣ ਦੇ ਸਮਾਨ ਵਾਲੇ ਆ, ਭਾਵੇਂ ਹੋਟਲਾਂ ਵਾਲੇ ਆ, ਭਾਵੇਂ ਹੋਰ ਆਵਾਜਾਈ ਦੇ ਸਾਧਨਾਂ ਵਾਲੇ ਆ, ਉਹ ਖਾਸੇ ਖੁਸ਼ ਹੈ ਅਤੇ ਉਹਨਾਂ ਨੂੰ ਇਸ ਗੱਲ ਦੀ ਪੂਰੀ ਪੂਰੀ ਆਸ ਹੈ ਕਿ ਐਤਕੀ 100% ਸਾਡੇ ਹੋਟਲਾਂ ਦੇ ਕਮਰੇ ਜਿਹੜੇ ਉਹ ਬੁੱਕ ਰਹਿਣਗੇ। ਅਤੇ ਇਹ ਵੀ ਗੱਲ ਦਾ ਪਤਾ ਲੱਗਾ ਕਿ 3-3, 4-4 ਦਿਨ ਦੀ ਬੁਕਿੰਗ ਆ ਜਿਹੜੀ ਉਹ ਲਗਾਤਾਰ, ਜਿਵੇਂ ਕਿ 29, 30, 31 ਇਸ ਤਰੀਕੇ ਨਾਲ ਲੋਕਾਂ ਦੇ ਵੱਲੋਂ ਕਰਵਾ ਲਈ ਗਈ ਹੈ। ਪਰ ਸੱਚੀ ਮੁੱਚੀ ਠੰਡ ਜੇਕਰ ਸਿਰਫ ਪੰਜਾਬ ਤੱਕ ਗੱਲ ਸੀਮਤ ਰੱਖੀਏ ਤਾਂ ਬੇਹੱਦ ਆ। ਬਚਾਅ ਦੇ ਵਿੱਚ ਬਚਾਅ, ਆਪਣੀ ਗੱਡੀ ਨੂੰ ਉਸ ਵਕਤ ਬਾਹਰ ਕੱਢਣਾ ਚਾਹੀਦਾ ਜਦੋਂ ਬਹੁਤ ਲੋੜ ਹੈ। ਜੇਕਰ ਬੇਹੱਦ ਧੁੰਦ ਹੈ ਅਤੇ ਸਰ ਸਕਦਾ 2-4-5 ਘੰਟੇ ਲੇਟ ਜਾਇਆ ਤਾਂ ਫਿਰ ਨਹੀਂ ਕੱਢਣੀ ਚਾਹੀਦੀ, ਕਿਉਂਕਿ ਹਾਈਵੇ ਦੇ ਉੱਤੇ ਜਦੋਂ ਅਸੀਂ ਗੱਡੀ ਲੈ ਕੇ ਜਾਂਦੇ ਹਾਂ, ਆਪ ਜਿੰਨੇ ਮਰਜ਼ੀ ਸਹੀ ਹੋਈਏ, ਕਈ ਵਾਰ ਦੂਜੇ ਪਾਸੇ ਆਉਣ ਵਾਲਾ ਸਹੀ ਨਹੀਂ ਹੁੰਦਾ। ਅੱਜ ਕੱਲ੍ਹ ਸਾਡੀ ਇੱਕ ਹੋਰ ਬਹੁਤ ਵੱਡੀ ਭੈੜ ਹੈ, ਕਿਉਂਕਿ ਧੁੰਦ ਦਾ ਮੌਸਮ ਹੈ ਇਹ ਅਤੇ ਅਸੀਂ ਗੰਨੇ ਦੀਆਂ ਟਰਾਲੀਆਂ ਸੜਕ ਦੇ ਉੱਤੇ ਲਾ ਲੈਂਦੇ ਹਾਂ, ਜਿਹਦੇ ਕਰਕੇ ਉੱਥੇ ਬਹੁਤ ਵੱਡੇ ਹਾਦਸੇ ਵਾਪਰਦੇ ਆ। ਜਾਂ ਜਦੋਂ ਕੋਈ ਵੀ ਗੱਡੀ ਖਰਾਬ ਹੋ ਜਾਂਦੀ ਹੈ ਕਿਸੇ ਦੀ ਵੀ, ਭਾਵੇਂ ਉਹ ਟਰੱਕ ਹੋਵੇ, ਬੱਸ ਹੋਵੇ, ਕਾਰ ਹੋਵੇ, ਉਹ ਅਸੀਂ ਫੁੱਟਪਾਥ ਦੇ ਉੱਤੇ ਲਾ ਕੇ ਖੜਾਉਣ ਦੀ ਥਾਂ ਦੇ ਉੱਤੇ ਸੜਕ ਦੇ ਉੱਤੇ ਖੜਾ ਲੈਂਦੇ ਹਾਂ, ਜਿਹਦੇ ਕਰਕੇ ਲਗਾਤਾਰ ਹਾਦਸੇ ਵਾਪਰਦੇ ਆ। ਸੋ ਬਚਾਅ ਦੇ ਵਿੱਚ ਬਚਾਅ, ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਾ ਪਹਿਲ ਦੇ ਆਧਾਰ ਦੇ ਉੱਤੇ ਚਾਹੀਦਾ। ਹੁਣ ਜੇ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਹਾਂ ਤਾਂ ਨਵਜੋਤ ਸਿੰਘ ਸਿੱਧੂ ਨਾਲ ਸੰਬੰਧਿਤ ਹੈ। ਨਵਜੋਤ ਸਿੰਘ ਸਿੱਧੂ ਨੇ ਚੁੱਪ ਵੱਟੀ ਹੋਈ ਹੈ, ਪਰ ਬੀਬੀ ਨਵਜੋਤ ਕੌਰ ਸਿੱਧੂ ਕੁਝ ਕੁ ਸਮੇਂ ਬਾਅਦ ਆ ਕੇ ਕੋਈ ਨਾ ਕੋਈ ਨਵੀਂ ਗੱਲ ਕਰਦੇ, ਜਿਹਦੇ ਕਰਕੇ ਮੀਡੀਆ ਦੇ ਵਿੱਚ ਖਬਰਾਂ ਬਣ ਜਾਂਦੀਆਂ। ਅੱਜ ਵੀ ਨਵਜੋਤ ਕੌਰ ਸਿੱਧੂ ਹੋਰਾਂ ਦੇ ਵੱਲੋਂ ਭਗਵੰਤ ਮਾਨ ਦੇ ਉੱਤੇ ਟਿੱਪਣੀ ਕੀਤੀ ਗਈ ਹੈ। ਪੱਤਰਕਾਰਾਂ ਨੇ ਪੁੱਛਿਆ ਜੀ ਕਿ ਕੀ ਭਗਵੰਤ ਮਾਨ ਦੇ ਵੱਲੋਂ ਜੋ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ, ਜਿਸ ਤਰੀਕੇ ਨਾਲ ਭੜਕੇ ਆ ਭਗਵੰਤ ਮਾਨ ਪਿਛਲੇ ਦਿਨੀ ਹਰਪਾਲ ਸਿੰਘ ਚੀਮਾ ਦੀ ਕੋਠੀ ਦੇ ਵਿੱਚ ਪੱਤਰਕਾਰਾਂ 'ਤੇ, ਇਹ ਵਾਜਬ ਹੈ? ਤਾਂ ਨਵਜੋਤ ਕੌਰ ਨੇ ਕਿਹਾ ਜੀ ਕਿ ਪੱਤਰਕਾਰਾਂ ਦਾ ਕੰਮ ਹੁੰਦਾ ਸਵਾਲ ਪੁੱਛਣਾ, ਜੇਕਰ ਤੁਸੀਂ ਉੱਤਰ ਨਹੀਂ ਦੇਣਾ ਚਾਹੁੰਦੇ ਜਾਂ ਜੇਕਰ ਤੁਸੀਂ ਸਵਾਲ ਨਹੀਂ ਸਹੀ ਸਮਝਦੇ, ਫਿਰ ਤੁਸੀਂ ਇਹ ਗੱਲ ਕਹਿ ਸਕਦੇ ਹੋ ਜੀ ਕਿ ਨੋ ਕਮੈਂਟ, ਮੈਂ ਇਹਦੇ ਉੱਤੇ ਕੋਈ ਰਾਏ ਨਹੀਂ ਰੱਖਣੀ, ਮੈਂ ਇਹਦਾ ਕੋਈ ਉੱਤਰ ਨਹੀਂ ਦੇਣਾ, ਪਰ ਇੱਦਾਂ ਭੜਕਣ ਦੀ ਲੋੜ ਨਹੀਂ। ਇਸ ਤਰੀਕੇ ਦੇ ਨਾਲ ਤੁਸੀਂ ਮੀਡੀਏ ਨਾਲੋਂ ਦੂਰੀ ਨਹੀਂ ਬਣਾ ਸਕਦੇ। ਅਤੇ ਉਹਨਾਂ ਦਾ ਇਹ ਕਹਿਣਾ ਜੀ ਕਿ ਅਸੀਂ ਮੀਡੀਏ ਦੇ ਬਹੁਤ ਧੰਨਵਾਦੀ ਹਾਂ ਅਤੇ ਸਭ ਦੇ ਆਪੋ ਆਪਣੇ ਵਿਚਾਰ ਆ। ਅਕਾਲੀਆਂ ਦੇ ਵੱਲੋਂ ਭਗਵੰਤ ਮਾਨ ਨੂੰ ਘੇਰਿਆ ਜਾ ਰਿਹਾ, ਇਸ ਵਕਤ ਕਾਂਗਰਸ ਦੇ ਕਈ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਭਗਵੰਤ ਮਾਨ ਨੂੰ ਘੇਰਾ ਪਾਇਆ ਜਾ ਰਿਹਾ। ਪਰ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਭਗਵੰਤ ਮਾਨ ਅਤੇ ਸੰਬੰਧਿਤ ਪੱਤਰਕਾਰ ਦੇ ਦਰਮਿਆਨ ਜੋ ਇਹ ਵਿਵਾਦ ਪੈਦਾ ਹੋਇਆ, ਇਹਦੇ ਹੱਲ ਵਾਸਤੇ 12 ਮੈਂਬਰੀ ਇੱਕ ਪੱਤਰਕਾਰਾਂ ਦੀ ਕਮੇਟੀ ਬਣਾਈ ਗਈ ਹੈ, ਜਿਹਦੇ ਵੱਲੋਂ ਭਗਵੰਤ ਮਾਨ ਨੂੰ ਸੱਦਿਆ ਗਿਆ ਅਤੇ ਭਗਵੰਤ ਮਾਨ ਨੇ ਆਉਂਦੇ ਕੱਲ੍ਹ ਨੂੰ ਉੱਥੇ ਜਾ ਕੇ ਅਤੇ ਗੱਲਬਾਤ ਕਰਨੀ ਹੈ, ਵਿੱਚੋਂ ਕੀ ਨਿਕਲ ਕੇ ਉਹਨਾਂ ਨਤੀਜੇ ਦੇ ਤੌਰ ਦੇ ਉੱਤੇ ਵਕਤ ਦੱਸੂਗਾ। ਪਰ ਅਸੀਂ ਗੱਲ ਕਰਨ ਲੱਗੇ ਸੀ ਨਵਜੋਤ ਸਿੰਘ ਸਿੱਧੂ ਦੀ। RTI ਦੇ ਰਾਹੀਂ ਜੋ ਖੁਲਾਸਾ ਹੋਇਆ, ਉਹਦੇ ਰਾਹੀਂ ਇੱਕ ਅਵੱਲੀ ਜਾਣਕਾਰੀ ਪ੍ਰਾਪਤ ਹੋਈ ਹੈ। ਉਹਦੇ ਰਾਹੀਂ ਇਹ ਦੱਸਿਆ ਗਿਆ ਕਿ ਜਦੋਂ ਨਵਜੋਤ ਸਿੰਘ ਸਿੱਧੂ ਦੇ ਪੁਰਾਣੇ ਮਿੱਤਰ ਇਮਰਾਨ ਖਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਸਹੁੰ ਚੁੱਕਣੀ ਸੀ, ਉਦੋਂ ਨਵਜੋਤ ਸਿੰਘ ਸਿੱਧੂ ਪਰਲੇ ਪਾਰ ਗਏ ਸੀ, ਜੱਫੀ ਪਾ ਕੇ ਆਏ ਸੀ। ਉਸ ਵਕਤ ਵਿਵਾਦ ਬੜੇ ਪੈਦਾ ਹੋਏ ਸੀ ਕਿ ਨਵਜੋਤ ਸਿੱਧੂ ਨੇ ਕਿਉਂ ਜੱਫੀ ਪਾਈ, ਉਹਨੇ ਤਾਂ ਜੀ ਦੇਸ਼ ਦੇ ਨਾਲ ਗੱਦਾਰੀ ਕੀਤੀ ਆ, ਉਹਨੂੰ ਪਰਲੇ ਪਾਰ ਹੀ ਰਹਿ ਲੈਣਾ ਚਾਹੀਦਾ, ਉਹਨੇ ਤਾਂ ਬਾਜਵਾ ਦੇ ਨਾਲ ਜੱਫੀ ਪਾ ਕੇ ਸਾਰਾ ਸਨਮਾਨ ਹੀ ਦੇਸ਼ ਦਾ ਮਿੱਟੀ ਦੇ ਵਿੱਚ ਮਿਲਾ ਦਿੱਤਾ।
ਪਰ ਉਸ ਤੋਂ ਬਾਅਦ ਨਵਜੋਤ ਸਿੱਧੂ ਦਾ ਕੱਦ ਕਿਵੇਂ ਵਧਿਆ ਅਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾਉਣ ਦੇ ਵਿੱਚ ਉਹਦੀ ਇਸ ਮਿੱਤਰਤਾ ਦਾ ਕਿੰਨਾ ਵੱਡਾ ਯੋਗਦਾਨ ਰਿਹਾ, ਇਹਦੇ ਬਾਬਤ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀ ਚੰਗੀ ਤਰ੍ਹਾਂ ਜਾਣਦੇ ਆ। ਪਰ ਨਵਜੋਤ ਸਿੰਘ ਸਿੱਧੂ ਨੇ ਉਸ ਵਕਤ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਗੱਲ ਕਹੀ ਸੀ ਕਿ ਜੀ ਇਹ ਮੇਰਾ ਨਿੱਜੀ ਦੌਰਾ, ਇਹ ਮੈਂ ਮਿੱਤਰਤਾ ਦੇ ਲਈ ਜਾਣਾ ਉੱਧਰ, ਅਤੇ ਇਹ ਮੇਰਾ ਆਪਣਾ ਦੌਰਾ, ਇਹ ਸਰਕਾਰੀ ਦੌਰਾ ਨਹੀਂ ਹੈ। ਪਰ ਜੋ RTI ਦੇ ਰਾਹੀਂ ਖੁਲਾਸਾ ਹੋਇਆ ਉਹਦੇ ਵਿੱਚ ਇਹ ਦੱਸਿਆ ਗਿਆ ਜੀ ਕਿ ਨਵਜੋਤ ਸਿੰਘ ਸਿੱਧੂ ਨੇ ਫਾਈਲ ਆ ਜਿਹੜੀ ਉਹ ਉੱਥੋਂ ਖਰਚਾ ਹਾਸਲ ਕਰਨ ਦੇ ਲਈ, ਸਫ਼ਰ ਪੱਤਾ ਲੈਣ ਦੇ ਲਈ, ਬਾਕੀ ਜਿਹੜੇ ਖਰਚੇ ਹੁੰਦੇ ਆ ਉਹ ਲੈਣ ਦੇ ਲਈ ਇਹ ਇੱਕ ਸਰਕਾਰੀ ਦੌਰਾ ਪੇਸ਼ ਕੀਤਾ। ਇਹ ਜਿਹੜੀ ਫਾਈਲ ਆ ਇਹਦੇ ਬਾਬਤ ਹੁਣ ਭਰੋਸੇਯੋਗਤਾ ਦੇ ਨਾਲ ਤਾਂ ਨਹੀਂ ਕਿਹਾ ਜਾ ਸਕਦਾ, ਪਰ RTI ਦੇ ਰਾਹੀਂ ਜੋ ਖੁਲਾਸਾ ਹੋਇਆ ਉਹ ਇਹੀ ਦੱਸਦਾ ਕਿ ਇਹ ਨਵਜੋਤ ਸਿੱਧੂ ਦਾ ਨਿੱਜੀ ਦੌਰਾ ਨਹੀਂ ਸੀ, ਇਹ ਇੱਕ ਸਰਕਾਰੀ ਦੌਰਾ ਸੀ ਅਤੇ ਨਵਜੋਤ ਸਿੱਧੂ ਦੇ ਵੱਲੋਂ ਖਰਚੇ ਪੱਠੇ ਜਿਹੜੇ ਉਹ ਸਾਰੇ ਦੇ ਸਾਰੇ ਹਾਸਲ ਕੀਤੇ ਗਏ ਆ ਪਰਲੇ ਪਾਰ ਜਾਣ ਦੇ ਕਰਕੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ, ਬਾਅਦ ਦੇ ਵਿੱਚ ਕਰਾਂਗੇ ਮੁਕੰਮਲ ਟਿੱਪਣੀ। ਨਵਜੋਤ ਸਿੰਘ ਸਿੱਧੂ 20 August 2018 ਦੇ ਵਿੱਚ ਆਪਣੇ ਦੋਸਤ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਸ਼ਰੀਕ ਹੋਣ ਵਾਸਤੇ ਪਾਕਿਸਤਾਨ ਗਏ ਸਨ। ਸਿੱਧੂ ਨੇ ਪਾਕਿਸਤਾਨ ਦੀ ਫੇਰੀ ਨੂੰ ਨਿੱਜੀ ਦੌਰਾ ਕਿਹਾ ਸੀ, ਪਰ ਹੁਣ RTI ਦੇ ਰਾਹੀਂ ਇੱਕ ਹੋਰ ਖੁਲਾਸਾ ਹੋਇਆ। ਨਵਜੋਤ ਸਿੰਘ ਸਿੱਧੂ ਉਸ ਵਕਤ ਮੰਤਰੀ ਸਨ, ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਉਹ ਗਏ, ਪਰ ਉਹਨਾਂ ਨੇ ਬੇਸ਼ੱਕ ਇਸ ਦੌਰੇ ਨੂੰ ਨਿੱਜੀ ਕਿਹਾ, ਪਰ ਇਹ ਪਤਾ ਲੱਗਾ ਜੀ ਕਿ ਉਸ ਨੇ ਪੈਟਰੋਲ ਦਾ ਖਰਚਾ, ਡਰਾਈਵਰ ਦੀ ਤਨਖਾਹ ਅਤੇ ਆਪਣਾ ਰੋਜ਼ਾਨਾ ਪਤਾ ਅਤੇ ਯਾਤਰਾ ਪਤਾ ਕਲੇਮ ਆ ਜਿਹੜਾ ਉਹ ਪੰਜਾਬ ਸਰਕਾਰ ਤੋਂ ਲਿਆ ਸੀ। ਹੁਣ ਅਕਾਲੀ ਦਲ ਦੇ ਵੱਲੋਂ ਇਹ ਸਵਾਲ ਚੁੱਕਿਆ ਜਾ ਰਿਹਾ ਕਿ ਇਹ ਕਿਹੋ ਜਿਹਾ ਨਿੱਜੀ ਸਫ਼ਰ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇਨਕਾਰ ਕਰਨ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਮੰਤਰੀ ਹੁੰਦਿਆਂ ਮਰਜ਼ੀ ਨਾਲ ਪਰਲੇ ਪਾਰ ਗਏ, ਪਰ ਬਦਲੇ ਦੇ ਵਿੱਚ ਉਹਨਾਂ ਨੇ ਰੋਜ਼ਾਨਾ ਪੱਤਾ ਵੀ ਲਿਆ ਅਤੇ ਯਾਤਰਾ ਪੱਤਾ ਲੈ ਲਿਆ ਜੋ ਕਿ ਹਜ਼ਾਰਾਂ ਰੁਪਏ ਦੇ ਵਿੱਚ ਬਣਦਾ ਸੀ। RTI ਦੀ ਜਾਣਕਾਰੀ ਦੇ ਮੁਤਾਬਕ ਨਵਜੋਤ ਸਿੱਧੂ ਨੇ 17 August 2018 ਨੂੰ ਅੰਮ੍ਰਿਤਸਰ ਤੋਂ ਅਟਾਰੀ ਤੱਕ 88 ਕਿਲੋਮੀਟਰ ਗੱਡੀ ਚਲਾਈ, ਜਿਸ ਦਾ ਕਲੇਮ 1320 ਰੁਪਏ ਪਹਿਲੇ ਆ ਗਿਆ। ਇਸੇ ਤਰ੍ਹਾਂ 17 August 2018 ਨੂੰ ਰੋਜ਼ਾਨਾ ਪੱਤਾ 1500 ਰੁਪਏ ਕਲੇਮ ਕੀਤਾ ਗਿਆ। ਇਸ ਦੌਰਾਨ ਉਹ ਪਾਕਿਸਤਾਨ ਵਿੱਚ ਨਿੱਜੀ ਯਾਤਰਾ ਦੇ ਉੱਤੇ ਗਏ ਸਨ, ਨਾ ਕਿ ਸਰਕਾਰੀ ਯਾਤਰਾ 'ਤੇ। ਇਸ ਤੋਂ ਬਾਅਦ 17 August 2018 ਨੂੰ ਡਰਾਈਵਰ ਦੀ ਤਨਖਾਹ 333 ਰੁਪਏ ਦਿਖਾਈ ਗਈ ਹੈ। 18 August 2018 ਨੂੰ ਵੀ ਡਰਾਈਵਰ ਦੀ ਤਨਖਾਹ 333 ਰੁਪਏ ਕਲੇਮ ਕੀਤੀ ਗਈ ਹੈ। 19 August ਨੂੰ ਅਟਾਰੀ ਤੋਂ ਚੰਡੀਗੜ੍ਹ 370 ਕਿਲੋਮੀਟਰ ਗੱਡੀ ਚੱਲੀ, ਜਿਸ 'ਤੇ 5550 ਰੁਪਏ ਕਲੇਮ ਕੀਤੇ ਗਏ ਨੇ। ਫਿਰ 19 August ਨੂੰ ਰੋਜ਼ਾਨਾ ਪੱਤਾ 750 ਰੁਪਏ ਕਲੇਮ ਕੀਤਾ ਗਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਹਦੇ ਉੱਤੇ ਹੈਰਾਨੀ ਵੀ ਹੁੰਦੀ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਰਾਜਨੀਤੀ ਦੇ ਲਈ, ਪੰਜਾਬ ਦੇ ਵਿੱਚ ਰਹਿਣ ਦੇ ਲਈ ਆਪਣਾ ਕਰੋੜਾਂ ਰੁਪਏ ਦਾ ਕਾਰੋਬਾਰ ਛੱਡਿਆ ਜਿਹੜਾ ਕਿ ਟੈਲੀਵਿਜ਼ਨ ਨਾਲ ਜੁੜਿਆ ਹੋਇਆ ਸੀ। ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਦੇ ਵਿੱਚ ਆਉਣਾ, ਉੱਥੇ ਜੱਜ ਵਾਲੀ ਕੁਰਸੀ ਦੇ ਉੱਤੇ ਬਹਿਣਾ ਅਤੇ ਇੱਕ ਕਿਸ਼ਤ ਦਾ ਲੱਖਾਂ ਰੁਪਈਆ ਲੈਣਾ, ਉਹਨੇ ਉਹ ਛੱਡ ਦਿੱਤਾ। ਉਹਨੇ ਪਿਛਲੇ 4-5 ਮਹੀਨੇ ਤੋਂ ਆਪਣੀ ਬਣਦੀ ਹੋਈ ਵਿਧਾਇਕ ਵਾਲੀ ਤਨਖਾਹ ਨਹੀਂ ਲਈ। ਉਹਨੇ ਹਜ਼ਾਰਾਂ ਰੁਪਈਏ ਦਾ ਜੋ ਪੱਤਾ ਬਣਦਾ ਉਹ ਨਹੀਂ ਹਾਲੇ ਤੱਕ ਲਿਆ, ਅਤੇ ਉਹ ਬੰਦਾ ਜਿਹੜਾ ਇੰਨਾ ਕੁਝ ਛੱਡੀ ਬੈਠਾ ਹੋਵੇ ਉਹ 333 ਰੁਪਈਏ ਡਰਾਈਵਰ ਨੇ ਕਲੇਮ ਕਰੇ ਅਤੇ ਇਹ RTI ਦੇ ਰਾਹੀਂ ਜਾਣਕਾਰੀ ਪ੍ਰਾਪਤ ਹੋਵੇ, ਇਹਦੇ ਨਾਲੋਂ ਬਚਕਾਨਾ ਗੱਲ ਤਾਂ ਹੋਰ ਕੋਈ ਲੱਗਦੀ ਨਹੀਂ। ਜਿਹੜਾ ਬੰਦਾ ਆਪਣਾ ਲੱਖਾਂ ਕਰੋੜਾਂ ਰੁਪਈਏ ਦਾ ਕਾਰੋਬਾਰ ਛੱਡ ਕੇ ਬੈਠਾ ਹੋਵੇ, ਉਹ ਬੰਦਾ 1300 ਰੁਪਈਆ ਤੇਲ ਦਾ ਖਰਚਾ ਲਵੇ ਜੀ ਕਿ ਸਾਡਾ ਫਲਾਣੀ ਥਾਂ ਦੇ ਉੱਤੇ ਜਾਣ ਦੇ ਉੱਤੇ ਇੰਨਾ ਖਰਚਾ ਆ ਗਿਆ, ਮੈਂ ਜੀ 80 ਕਿਲੋਮੀਟਰ ਗੱਡੀ ਦੇ ਵਿੱਚ ਗਿਆ ਸੀਗਾ ਅਤੇ ਉਹ ਪਰਲੇ ਪਾਰ ਜਿੱਥੇ ਇਮਰਾਨ ਖਾਨ ਨੇ ਸਹੁੰ ਚੁੱਕਣੀ ਸੀ ਉੱਥੇ ਅਗਲੇ ਦਿਨ 1500 ਰੁਪਈਆ ਤੇਲ ਦਾ ਖਰਚਾ ਬਣਿਆ, ਮੈਨੂੰ ਉਹ ਚਾਹੀਦਾ। ਲੱਗਦਾ ਇਹ ਹੈ ਕਿ ਇਹਦੇ ਵਿੱਚ ਕੋਈ ਨਾ ਕੋਈ ਤਕਨੀਕੀ ਗੜਬੜੀ ਹੈ ਜਾਂ ਫਿਰ ਇਹਦੇ ਵਿੱਚ ਕੋਈ ਨਾ ਕੋਈ ਹੋਰ ਪਰਦੇ ਪਿਛਲੀ ਗੱਲ ਹੈ, ਜਿਹਦੇ ਕਰਕੇ ਵਿਰੋਧੀਆਂ ਦੇ ਵੱਲੋਂ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਕਿਉਂ ਨਾ ਹੋਣ, ਕਿਸੇ ਅਸੀਂ ਇੱਕ ਵਿਅਕਤੀ ਵਿਸ਼ੇਸ਼ ਦੇ ਹੱਕ 'ਚ ਨਹੀਂ, ਕਿਸੇ ਦੇ ਖਿਲਾਫ ਨਹੀਂ, ਪਰ ਜਿਹੜਾ ਬੰਦਾ ਇਸ ਰੁਤਬੇ ਦੇ ਉੱਤੇ ਹੋਵੇ, ਚਲੋ ਬਾਕੀ ਸਾਬਕਾ ਮੰਤਰੀ ਵਾਲੀ ਗੱਲ ਵੀ ਛੱਡੋ, ਬਾਕੀ ਸਭ ਗੱਲਾਂ ਛੱਡੋ, ਪਰ ਕੀ ਅਸੀਂ ਇਸ ਗੱਲ ਦੀ ਆਸ ਕਰ ਰਹੇ ਹਾਂ ਕਿ ਕੋਈ ਵੀ ਵਿਧਾਇਕ ਹੋਵੇ ਕਿਸੇ ਵੀ ਪਾਰਟੀ ਦਾ, ਉਹ 333 ਰੁਪਈਏ ਦੇ ਲਈ ਫਾਈਲ ਦੇ ਵਿੱਚ ਲਿਖ ਕੇ ਭੇਜੇ ਜੀ ਕਿ ਮੇਰੇ ਡਰਾਈਵਰ ਦੀ ਤਨਖਾਹ ਬਣਦੀ ਹੈ, ਜਦੋਂ ਇੱਕ ਵਿਧਾਇਕ ਨੂੰ ਲੱਖਾਂ ਰੁਪਈਆ ਤਨਖਾਹ ਅਤੇ ਪੱਤੇ ਦੇ ਰੂਪ ਦੇ ਵਿੱਚ ਹਰ ਮਹੀਨੇ ਮਿਲਦਾ ਹੋਵੇ, ਤਾਂ ਕੀ ਉਹ ਵਿਅਕਤੀ 333 ਰੁਪਈਏ ਦੇ ਲਈ ਸਰਕਾਰੀ ਖਜ਼ਾਨੇ ਦਾ ਬੂਹਾ ਖੜਕਾਊ ਕਿ ਮੈਨੂੰ ਇਹ ਵੀ ਜ਼ਰੂਰ ਮਿਲਣੇ ਚਾਹੀਦੇ ਆ? ਇਹ ਬਹੁਤ ਅਜੀਬ ਗੱਲ ਜਿਹੜੀ ਸਾਹਮਣੇ ਆਈ ਹੈ, ਅੱਜ ਬਹੁਤ ਵੱਡੇ ਪੱਧਰ ਦੇ ਉੱਤੇ ਮੀਡੀਆ ਦੇ ਵਿੱਚ ਇਹ ਖਬਰ ਆ ਜਿਹੜੀ ਪ੍ਰਸਾਰਿਤ ਅਤੇ ਪ੍ਰਕਾਸ਼ਿਤ ਹੋਈ ਹੈ ਕਿ ਨਵਜੋਤ ਸਿੰਘ ਸਿੱਧੂ ਬਾਬਤ ਹੋਇਆ RTI ਦੇ ਰਾਹੀਂ ਖੁਲਾਸਾ, ਅਤੇ ਉਹਨੇ ਆਪਣਾ ਨਿੱਜੀ ਦੌਰਾ ਜੋ ਦੱਸਿਆ ਸੀ ਉਹ ਸਰਕਾਰੀ ਦੌਰਾ ਹੋਰ ਨਿਬੜਿਆ ਅਤੇ ਉਹਨੇ ਸਰਕਾਰੀ ਖਜ਼ਾਨੇ ਦੇ ਉੱਤੇ ਬੋਝ ਪਾਇਆ। ਅਕਾਲੀ ਦਲ ਦੇ ਕੁਝ ਕੁ ਆਗੂਆਂ ਦੇ ਵੱਲੋਂ ਨਵਜੋਤ ਸਿੱਧੂ ਨੂੰ ਘੇਰਾ ਪਾਇਆ ਗਿਆ, ਪਰ ਇਹਦੇ ਨਾਲ ਇੱਕ ਹੋਰ ਗੱਲ ਵੀ ਦੱਸਣੀ ਬਣਦੀ ਹੈ ਕਿ ਅੱਜ ਬੀਬੀ ਨਵਜੋਤ ਕੌਰ ਸਿੱਧੂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ। ਉਹਨਾਂ ਨੇ ਕਿਹਾ ਜੀ ਕਿ ਕਿਸੇ ਵੀ ਮੁੱਦੇ ਦੇ ਉੱਤੇ ਨਵਜੋਤ ਸਿੰਘ ਹਾਲ ਦੀ ਕੜੀ ਤਾਂ ਕਰਕੇ ਨਹੀਂ ਬੋਲ ਰਹੇ ਕਿਉਂਕਿ ਹਾਲੇ ਕੋਈ ਮੁੱਦਾ ਹੀ ਨਹੀਂ, ਕਿਉਂਕਿ ਹਾਲੇ ਕੋਈ ਪ੍ਰੋਜੈਕਟ ਹੀ ਨਹੀਂ ਜਿਹਦੇ ਬਾਬਤ ਸਿੱਧੂ ਹੋਰੀ ਗੱਲਬਾਤ ਕਰ ਸਕਣ। ਆਉਂਦੇ ਸਮੇਂ ਦੇ ਵਿੱਚ ਉਹ ਕੋਈ ਖੁਲਾਸਾ ਵੀ ਕਰ ਸਕਦੇ ਆ, ਆਉਂਦੇ ਸਮੇਂ ਦੇ ਵਿੱਚ ਉਹ ਮੀਡੀਆ ਦੇ ਸਨਮੁੱਖ ਵੀ ਹੋ ਸਕਦੇ ਆ, ਉਹ ਆਪਣੇ ਵਲਵਲੇ ਵੀ ਸਾਂਝੇ ਕਰ ਸਕਦੇ ਆ, ਪਰ ਹਾਲੇ ਤੇਲ ਅਤੇ ਤੇਲ ਦੀ ਧਾਰ ਦੇਖਣੀ ਬਣਦੀ ਹੈ। ਕੋਈ ਗੱਲ ਨਹੀਂ, ਉਹਨਾਂ ਨੇ ਕਿਹਾ ਜੀ ਕਿ ਮੈਂ ਹਾਂ, ਪਰ ਭਗਵੰਤ ਮਾਨ ਦੇ ਮੁੱਦੇ ਦੇ ਉੱਤੇ ਉਹਨਾਂ ਨੇ ਫਿਰ ਜ਼ੋਰ ਦੇ ਕੇ ਕਿਹਾ
ਕਿ ਉਹਨੂੰ ਇੱਦਾਂ ਪੱਤਰਕਾਰਾਂ ਦੇ ਨਾਲ ਨਹੀਂ ਸੀ ਵਾਰਤਾਲਾਪ ਕਰਨੀ ਚਾਹੀਦੀ, ਉਹਨੂੰ ਇੱਦਾਂ ਭੜਕਣਾ ਨਹੀਂ ਸੀ ਚਾਹੀਦਾ। ਪੱਤਰਕਾਰ ਦਾ ਕੰਮ ਸਵਾਲ ਪੁੱਛਣਾ, ਨੇਤਾ ਦਾ ਕੰਮ ਉੱਤਰ ਦੇਣਾ। ਜੇਕਰ ਨਹੀਂ ਤੁਹਾਨੂੰ ਸਵਾਲ ਚੰਗਾ ਲੱਗਦਾ ਤੁਸੀਂ ਨੋ ਕਮੈਂਟ ਕਹਿ ਦਿਓ। ਉਹਨਾਂ ਨੇ ਆਪਣਾ ਤਰਕ ਦਿੱਤਾ, ਪਰ ਅਕਾਲੀ ਦਲ ਦੇ ਵੱਲੋਂ, ਕਾਂਗਰਸ ਦੇ ਵੱਲੋਂ, ਕਈ ਹੋਰ ਧਿਰਾਂ ਦੇ ਵੱਲੋਂ ਭਗਵੰਤ ਮਾਨ ਨੂੰ ਘੇਰਨ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਂਦੇ ਛੋਟੀ ਜਿਹੀ ਬ੍ਰੇਕ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਬਾਦਲ ਦੇ ਕੁਝ ਕੁ ਹੋਰ ਨੇਤਾ ਲਗਾਤਾਰ ਟਕਸਾਲੀਆਂ ਦੇ ਉੱਤੇ ਸ਼ਬਦ ਕਵਾਰ ਕਰ ਰਹੇ ਆ। ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਹੋਰੀ ਮੋਗਾ ਦੇ ਵਿੱਚ ਗਏ ਸੀ। ਉਸ ਵਕਤ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਜਿਹੜੇ ਟਕਸਾਲੀ ਹੁੰਦੇ ਨੇ ਉਹਨਾਂ ਦੀ ਪਰਿਭਾਸ਼ਾ ਕੀ ਹੁੰਦੀ ਆ ਪਹਿਲਾਂ ਇਹ ਸਮਝ ਲੈਣੀ ਚਾਹੀਦੀ ਆ। ਉਹਨਾਂ ਨੇ ਕਿਹਾ ਜੀ ਕਿ ਟਕਸਾਲੀ ਨੇ ਜਿਹੜੇ ਸੀਨੀਅਰ ਨੇਤਾ ਨੇ ਜਿਹੜੇ ਉਹ ਲੈਣ ਵੇਲੇ ਅਤੇ ਦੇਣ ਵੇਲੇ, ਯਾਨੀ ਕਿ ਕੋਈ ਚੀਜ਼ ਹਾਸਲ ਕਰਨੀ ਹੋਵੇ ਉਦੋਂ ਜੇਕਰ ਅੱਗੇ ਆਉਂਦੇ ਆ, ਅਤੇ ਜਦੋਂ ਆਪਣਾ ਸਮਾਂ ਦੇਣਾ, ਜਦੋਂ ਕੁਰਬਾਨੀ ਦੇਣੀ ਆ, ਉਸ ਵਕਤ ਵੀ ਅੱਗੇ ਆਉਣਾ ਚਾਹੀਦਾ। ਉਹਨਾਂ ਨੇ ਕਿਹਾ ਸੀ ਜੀ ਕਿ ਕਈ ਨੇਤਾ ਇਹੋ ਜਿਹੇ ਆ ਜਿਹੜੇ ਮਲਾਈਆਂ ਖਾ ਕੇ ਅਤੇ ਔਖੇ ਵੇਲੇ ਵਿੱਚ ਪਰੇ ਹੋ ਜਾਂਦੇ ਆ। ਉਹਨਾਂ ਨੇ ਬੇਸ਼ੱਕ ਕਿਸੇ ਦਾ ਸਿੱਧੇ ਤੌਰ ਦੇ ਉੱਤੇ ਨਾਂ ਨਹੀਂ ਸੀ ਲਿਆ, ਪਰ ਉਹਨਾਂ ਦਾ ਇਸ਼ਾਰਾ ਤਾਜ਼ਾ ਉੱਠੇ ਮਾਮਲੇ ਦੇ ਵੱਲ, ਯਾਨੀ ਕਿ ਸੁਖਦੇਵ ਸਿੰਘ ਢੀਂਡਸਾ ਦੇ ਵੱਲ ਸੀ ਸ਼ਾਇਦ। ਇਸ ਤੋਂ ਪਹਿਲਾਂ ਵੀ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਕਈ ਨੇਤਾ, ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਰਤਨ ਸਿੰਘ ਅਜਨਾਲਾ ਦੇ ਉੱਤੇ ਸਿੱਧੀਆਂ ਅਸਿੱਧੀਆਂ ਟਿੱਪਣੀਆਂ ਕਰ ਚੁੱਕੇ ਆ ਜਦੋਂ ਲੋਕ ਸਭਾ ਦੀਆਂ ਚੋਣਾਂ ਸਿਰ ਦੇ ਉੱਤੇ ਸੀ। ਹੁਣ ਇਹ ਇੱਕ ਵੱਖਰਾ ਵਿਸ਼ਾ ਕਿ ਸੁਖਦੇਵ ਸਿੰਘ ਢੀਂਡਸਾ ਜਿਹੜੇ ਕਿ ਹੁਣ ਦਿੱਲੀ ਦੇ ਵਿੱਚ ਵੀ ਅਤੇ ਪੰਜਾਬ ਦੇ ਵਿੱਚ ਵੀ ਰੁੱਸੇ ਹੋਏ ਮਾਯੂਸ ਹੋਏ ਨੇਤਾਵਾਂ ਨੂੰ ਜਿਹੜੇ ਅਕਾਲੀ ਦਲ ਬਾਦਲ ਤੋਂ ਤੰਗੀ ਮਹਿਸੂਸ ਕਰ ਰਹੇ ਆ, ਉਹਨਾਂ ਨੂੰ ਇਕੱਠਾ ਕਰਨ ਦਾ ਯਤਨ ਕਰ ਰਹੇ ਅਤੇ ਉਹ ਕਿੰਨੇ ਕੁ ਸਫਲ ਹੋਣਗੇ, ਇਹ ਵਕਤ ਦੇ ਗਰਭ ਦੇ ਵਿੱਚ ਲੁਕੀ ਗੱਲ ਹੈ। ਪਰ ਅੱਜ ਟਕਸਾਲੀਆਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਕਈ ਗੱਲਾਂ ਖਰੀਆਂ ਕਹੀਆਂ ਗਈਆਂ। ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਸਿੱਧੀਆਂ ਸੁਣਾਈਆਂ। ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਸੁਖਬੀਰ ਸਿੰਘ ਬਾਦਲ ਕਿੰਨੇ ਕੁ ਯੋਗਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਸੁਖਬੀਰ ਸਿੰਘ ਬਾਦਲ ਨੂੰ ਖਰੀਆਂ ਸੁਣਾਈਆਂ ਨੇ। ਸੁਖਬੀਰ ਬਾਦਲ ਵੱਲੋਂ ਟਕਸਾਲੀ ਨੇਤਾਵਾਂ ਨੂੰ ਕਾਂਗਰਸ ਦੀ ਬੀ ਟੀਮ ਦੱਸਣ 'ਤੇ ਸੀਨੀਅਰ ਨੇਤਾ ਸੇਵਾ ਸਿੰਘ ਸੇਖਵਾਂ, ਬੀਰ ਦਵਿੰਦਰ ਸਿੰਘ, ਹਰਸੁਖਿੰਦਰ ਬੱਬੀ ਬਾਦਲ ਅਤੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਜ਼ੋਰਦਾਰ ਹਮਲਾ ਕੀਤਾ। ਉਹਨਾਂ ਨੇ ਕਿਹਾ ਕਿ ਬਾਦਲ ਪਰਿਵਾਰ ਦੇ ਭ੍ਰਿਸ਼ਟਾਚਾਰ ਅਤੇ ਪੰਥ ਵਿਰੋਧੀ ਸੋਚ ਨੂੰ ਬੇਪਰਦ ਕਰਨ ਵਾਲੇ ਹਰ ਨੇਤਾ ਵਿੱਚ ਬਾਦਲਾਂ ਨੂੰ ਕਾਂਗਰਸ ਦੀ ਬੀ ਟੀਮ ਨਜ਼ਰ ਆਉਂਦੀ ਹੈ। ਟਕਸਾਲੀ ਨੇਤਾਵਾਂ ਨੇ ਕਿਹਾ ਕਿ ਕੌਣ ਅਕਾਲੀ ਹੈ ਅਤੇ ਕੌਣ ਕਾਂਗਰਸੀ, ਇਸ ਦਾ ਸਰਟੀਫਿਕੇਟ ਸੁਖਬੀਰ ਬਾਦਲ ਤੋਂ ਲੈਣ ਦੀ ਲੋੜ ਨਹੀਂ। ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਦੱਸਣ ਕਿ ਉਹਨਾਂ ਦੀ ਅਕਾਲੀ ਦਲ ਵਾਸਤੇ ਕੁਰਬਾਨੀ ਕੀ ਹੈ। ਸਿਰਫ ਇਹ ਕਿ ਉਸ ਨੇ ਆਪਣੀ ਸੋਚ ਨੂੰ ਪੰਜ ਤਾਰਾ ਹੋਟਲ, ਸਿਆਸੀ ਤਾਕਤ ਹਥਿਆਉਣ ਤੱਕ ਸੀਮਿਤ ਕਰਕੇ ਅਤੇ ਆਪਣੇ ਚਹੇਤਿਆਂ ਨੂੰ ਰੇਤ, ਲੈਂਡ ਮਾਫੀਆ ਵਰਗੇ ਕੰਮਾਂ ਵਿੱਚ ਪ੍ਰਫੁੱਲਿਤ ਕਰਨ ਦੇ ਲਈ ਪੰਥਕ ਕਦਰਾਂ ਕੀਮਤਾਂ ਅਤੇ ਅਕਾਲੀ ਦਲ ਦੇ ਸਿਧਾਂਤਾਂ ਨੂੰ ਸ਼ਿੱਕੇ 'ਤੇ ਟੰਗ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਹੁਣ ਤੱਕ ਜਿੰਨੇ ਵੀ ਅਕਾਲੀ ਦਲ ਦੇ ਪ੍ਰਧਾਨ ਰਹੇ ਨੇ ਉਹਨਾਂ ਦਾ ਪਿਛੋਕੜ ਅਤੇ ਮੌਜੂਦਾ ਪ੍ਰਧਾਨ ਦਾ ਪਿਛੋਕੜ ਲੋਕਾਂ ਦੇ ਸਾਹਮਣੇ ਹੈ। ਇਹਨਾਂ ਆਗੂਆਂ ਨੇ ਕਿਹਾ, ਯਾਨੀ ਕਿ ਸਾਡੇ ਵਰਗਿਆਂ ਦੀ ਇਹ ਸਿਧਾਂਤਕ ਲੜਾਈ ਹੈ। ਉਹਨਾਂ ਕਿਹਾ ਕਿ ਕਾਂਗਰਸ ਦੀ ਬੀ ਟੀਮ ਦੱਸਣ ਵਾਲੇ ਸੁਖਬੀਰ ਬਾਦਲ ਕੈਪਟਨ ਅਮਰਿੰਦਰ ਸਿੰਘ ਦੀ ਸ਼ਹਿ 'ਤੇ ਹੀ ਬੇਅਦਬੀ, ਨਸ਼ਾ ਮਾਫੀਆ ਅਤੇ ਰੇਤ ਮਾਫੀਆ ਵਰਗੇ ਗੁਨਾਹਾਂ ਤੋਂ ਬਚੇ ਹੋਏ ਨੇ। ਇਹਨਾਂ ਹੀ ਨਹੀਂ, ਕੈਪਟਨ ਅਮਰਿੰਦਰ ਸਿੰਘ ਦੀ ਸ਼ਹਿ 'ਤੇ ਜੀਜੇ ਸਾਲੇ ਨੂੰ ਵੱਡੀ ਗਿਣਤੀ ਦੇ ਵਿੱਚ ਗੰਨਮੈਨ ਸਰਕਾਰ ਵੱਲੋਂ ਦਿੱਤੇ ਗਏ ਨੇ। ਸੀਨੀਅਰ ਪੁਲਿਸ ਅਧਿਕਾਰੀ ਸੜਕਾਂ ਦੇ ਉੱਤੇ ਖੜ੍ਹ ਕੇ ਇਹਨਾਂ ਦੇ ਕਾਫਲੇ ਲੰਘਾਉਂਦੇ ਨੇ। ਇਸ 'ਤੇ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਦੇ ਵਜ਼ੀਰ ਵੀ ਸਵਾਲ ਖੜ੍ਹੇ ਕਰ ਚੁੱਕੇ ਨੇ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਚੁੱਪ ਦੱਸਦੀ ਹੈ ਕਿ ਬਾਦਲ ਅਤੇ ਮਜੀਠੀਆ ਪਰਿਵਾਰ ਦੇ ਕੈਪਟਨ ਪਰਿਵਾਰ ਦੇ ਨਾਲ ਸੰਧੀ ਹੋ ਚੁੱਕੀ ਹੈ, ਜਿਨ੍ਹਾਂ ਦਾ ਰਲ ਮਿਲ ਕੇ ਸੱਤਾ ਦੇ ਉੱਤੇ ਕਾਬਜ਼ ਹੋਣ ਦਾ ਸੁਪਨਾ ਇਸ ਵਕਤ ਅੱਗੇ ਵੱਧ ਰਿਹਾ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਅੱਜ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਤਨ ਸਿੰਘ ਅਜਨਾਲਾ ਨਹੀਂ ਸੀ ਵਾਰ ਕਰਨ ਵਾਲਿਆਂ ਦੇ ਵਿੱਚ। ਅੱਜ ਉਹਨਾਂ ਦੇ ਬਾਕੀ ਸਾਥੀਆਂ ਦੇ ਵੱਲੋਂ ਸੁਖਬੀਰ ਬਾਦਲ ਨੂੰ ਸ਼ਬਦਾਂ ਰਾਹੀਂ ਘੇਰਿਆ ਗਿਆ। ਜਦੋਂ ਕਿਸੇ ਵੀ ਥਾਂ ਦੇ ਉੱਤੇ ਕੋਈ ਤੂੰ ਮੈਂ ਹੋ ਜਾਂਦੀ ਹੈ, ਤੂੰ ਤੜਕ ਹੋ ਜਾਂਦੀ ਹੈ, ਉਦੋਂ ਤੱਤੇ ਭਾਰੇ ਸ਼ਬਦਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਇਸ ਵਕਤ ਅਕਾਲੀ ਦਲ ਦੇ ਕੁਝ ਕੁ ਨੇਤਾ ਸੁਖਦੇਵ ਸਿੰਘ ਢੀਂਡਸਾ ਅਤੇ ਉਹਨਾਂ ਦੇ ਬਾਕੀ ਸਾਥੀ ਨੇ ਜਿਹੜੇ ਟਕਸਾਲੀ ਦਲ ਵਾਲੇ, ਉਹਨਾਂ ਦੇ ਉੱਤੇ ਤੱਤੇ ਭਾਰੇ ਵਾਰ ਕਰ ਵੀ ਰਹੇ ਆ। ਮੋੜਵੇਂ ਰੂਪ ਦੇ ਵਿੱਚ ਉਧਰੋਂ ਵੀ ਵਾਰ ਕੀਤੇ ਜਾ ਰਹੇ ਆ। ਸੁਖਦੇਵ ਸਿੰਘ ਢੀਂਡਸਾ ਹੋਰੀ ਕਹਿ ਰਹੇ ਆ ਕਿ ਰਵਾਂਗਾ ਮੈਂ ਅਕਾਲੀ ਦਲ ਦੇ ਵਿੱਚ ਹੀ, ਇਹਨਾਂ ਦੀ ਮਰਜ਼ੀ ਹੈ ਤਾਂ ਮੈਨੂੰ ਪਾਰਟੀ ਦੇ ਵਿੱਚੋਂ ਕੱਢ ਦੇਣ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਹੋਰੀ ਇਹ ਗੱਲ ਕਹਿ ਰਹੇ ਆ ਕਿ ਜੀ ਉਹ ਮੇਰੇ ਪਿਤਾ ਸਮਾਨ ਨੇ, ਪਰ ਨਾਲ ਦੀ ਨਾਲ ਉਹਨਾਂ ਦੇ ਬਾਕੀ ਸਾਥੀ ਨੇ ਜਿਹੜੇ, ਯਾਨੀ ਕਿ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਦੇ, ਉਹ ਕਹਿ ਰਹੇ ਆ ਜੀ ਕਿ ਢੀਂਡਸਾ ਸਾਹਿਬ ਨੇ ਮਲਾਈਆਂ ਬਹੁਤ ਖਾਧੀਆਂ, ਇਹ 3 ਵਾਰ ਹਾਰੇ ਪਰ ਫਿਰ ਵੀ ਇਹਨਾਂ ਨੂੰ ਰਾਜ ਸਭਾ ਦੀਆਂ ਪੌੜੀਆਂ ਚਾੜਿਆ, ਬਸ ਇਹੀ ਸਾਡੇ ਕੋਲੋਂ ਗਲਤੀ ਹੋਈ ਹੈ। ਯਾਨੀ ਕਿ ਹੌਲੀ ਹੌਲੀ ਵਾਰ ਆ ਜਿਹੜੇ ਉਹ ਤੱਤੇ ਹੁੰਦੇ ਜਾ ਰਹੇ ਆ, ਅਤੇ ਜਿਵੇਂ ਜਿਵੇਂ ਸਮਾਂ ਬੀਤਣਾ ਇਸ ਵਾਰ ਨੇ ਇੱਕ ਦੂਜੇ ਦੇ ਉੱਤੇ ਜੋ ਹਮਲੇ ਹੋ ਰਹੇ ਆ ਇਹਨਾਂ ਨੇ ਹੋਰ ਤਿੱਖੇ ਹੁੰਦੇ ਜਾਣਾ। ਪਰ ਕੁੱਲ ਮਿਲਾ ਕੇ ਗੱਲ ਕਹਿਣੀ ਬਣਦੀ ਹੈ ਕਿ ਜਿਸ ਤਰੀਕੇ ਦੇ ਨਾਲ ਬਾਦਲ ਪਰਿਵਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਗਿਆ,
ਕਾਂਗਰਸ ਨੂੰ ਇੱਕ ਪਾਸੇ ਰੱਖ ਦਿਓ, ਉਹਦਾ ਕੋਈ ਬਹੁਤਾ ਜ਼ਿਕਰ ਨਹੀਂ ਇਸ ਮਾਮਲੇ ਦੇ ਵਿੱਚ। ਪਰ ਜੋ ਟਕਸਾਲੀਆਂ ਦੇ ਵੱਲੋਂ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਘੇਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ, ਇਹਦੇ ਦੂਰਰਸੀ ਨਤੀਜੇ ਕੀ ਸਾਹਮਣੇ ਆਉਣਗੇ ਇਹਦੇ ਬਾਬਤ ਹਾਲ ਦੀ ਘੜੀ ਕੁਝ ਨਹੀਂ ਕਿਹਾ ਜਾ ਸਕਦਾ। ਪਰ ਜਿਸ ਤਰੀਕੇ ਨਾਲ ਸੁਖਦੇਵ ਸਿੰਘ ਢੀਂਡਸਾ ਕਹਿੰਦੇ ਆ ਕਿ ਮੈਂ ਰਹਾਂਗਾ ਅਕਾਲੀ ਦਲ ਦੇ ਵਿੱਚ ਹੀ ਅਤੇ ਅਕਾਲੀ ਦਲ ਦੇ ਵਿੱਚ ਹੀ ਸੁਧਾਰ ਕਰਨਾ ਬਣਦਾ, ਕੁਝ ਕੁ ਲੋਕਾਂ ਨੇ ਇਸ ਪਾਰਟੀ ਦੇ ਵਿੱਚ ਵਿਗਾੜ ਪੈਦਾ ਕਰ ਦਿੱਤਾ, ਉਹਨਾਂ ਦੇ ਕਹਿਣ ਦਾ ਅਰਥ ਇਹ ਹੁੰਦਾ ਕਿ ਅਕਾਲੀ ਦਲ ਤਾਂ ਅਕਾਲੀ ਦਲ ਠੀਕ ਹੈ ਪਰ ਇਹਦੇ ਪਿੱਛੇ ਜੋ ਬ੍ਰੈਕਟ ਦੇ ਵਿੱਚ ਬੱਬਾ ਲੱਗਾ ਇਹ ਸ਼ਬਦ ਸਾਨੂੰ ਚੁੱਭਦਾ, ਅਤੇ ਉਹਨਾਂ ਦੇ ਵੱਲੋਂ ਸ਼ਾਇਦ ਇਸ ਸ਼ਬਦ ਨੂੰ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਆਪਣੀ ਕੋਸ਼ਿਸ਼ ਦੇ ਵਿੱਚ ਕਿੰਨੇ ਕੁ ਸਫਲ ਹੁੰਦੇ ਆ, ਜਿਨ੍ਹਾਂ ਨੇ ਵੀ ਢੀਂਡਸਾ ਸਾਹਿਬ ਨੂੰ ਥਾਪੜਾ ਦਿੱਤਾ ਉਹਨਾਂ ਦੇ ਸੁਪਨੇ ਕਿੰਨੇ ਕੁ ਸਾਕਾਰ ਹੁੰਦੇ ਆ, ਇਹ ਵਕਤ ਦੇ ਉੱਤੇ ਨਿਰਭਰ ਕਰਦੀ ਗੱਲ ਹੈ। ਰਾਜਨੀਤੀ ਦੇ ਵਿੱਚ ਭਾਵੇਂ ਉਹ ਪੰਜਾਬ ਦੀ ਹੋਵੇ ਅਤੇ ਭਾਵੇਂ ਆਂਢ ਗੁਆਂਢ ਦੇ ਹੋਰ ਸੂਬਿਆਂ ਦੀ ਅਤੇ ਭਾਵੇਂ ਕਿਸੇ ਵੀ ਹੋਰ ਦੇਸ਼ ਦੀ, ਹਮੇਸ਼ਾ ਸਥਿਰਤਾ ਨਹੀਂ ਰਹਿੰਦੀ। ਜਿਹੜੇ ਲੋਕ ਅੱਜ ਇਕੱਠੇ ਨੇ ਉਹ ਕੱਲ੍ਹ ਨੂੰ ਇਕੱਠੇ ਨਾ ਹੋਣ, ਇਹਦੇ ਬਾਬਤ ਕੁਝ ਨਹੀਂ ਕਿਹਾ ਜਾ ਸਕਦਾ। ਜਿਹੜੇ ਲੋਕ ਅੱਜ ਅੱਡ ਅੱਡ ਨੇ, ਇੱਕ ਦੂਜੇ ਨੂੰ ਗਾਲਾਂ ਕੱਢ ਰਹੇ ਨੇ, ਉਹ ਕਿਸੇ ਮੋੜ ਦੇ ਉੱਤੇ ਜਾ ਕੇ ਇਕੱਠੇ ਹੋ ਜਾਣ, ਇਹਦੇ ਬਾਬਤ ਵੀ ਕੁਝ ਕਿਹਾ ਨਹੀਂ ਜਾ ਸਕਦਾ। ਹਾਲੇ ਕੁਝ ਕੁ ਮਹੀਨੇ ਹੋਏ ਆ, ਹਰਿਆਣੇ ਦੇ ਵਿੱਚ ਦੁਬਾਰਾ ਫਿਰ ਸਰਕਾਰ ਬਣੀ ਹੈ। 10 ਮਹੀਨੇ ਪੁਰਾਣੀ ਪਾਰਟੀ ਯਾਨੀ ਕਿ ਜਨ ਨਾਇਕ ਜਨਤਾ ਪਾਰਟੀ ਦੇ ਵੱਲੋਂ ਸੀਟਾਂ ਹਾਸਲ ਕੀਤੀਆਂ ਗਈਆਂ ਕਈ, ਜਿਹਦੇ ਕਰਕੇ ਖੱਟੜ ਸਰਕਾਰ ਦੁਬਾਰਾ ਸੱਤਾ ਦੇ ਵਿੱਚ ਆਈ ਹੈ। ਪਰ ਹੁਣ ਦੁਸ਼ਯੰਤ ਚੌਟਾਲਾ ਦੀ ਉਸ ਪਾਰਟੀ ਨੂੰ ਇੱਕ ਚੁਣੌਤੀ ਪੈਦਾ ਹੋ ਗਈ ਹੈ, ਕਿਉਂਕਿ ਇਸ ਪਾਰਟੀ ਦੇ ਇੱਕ ਸੀਨੀਅਰ ਵੱਡੇ ਨੇਤਾ ਦੇ ਵੱਲੋਂ ਜੋ ਕਿ ਕਈ ਵਾਰ ਜਿੱਤੇ ਵਿਧਾਇਕ ਹੈ, ਉਹਨਾਂ ਦੇ ਵੱਲੋਂ ਬਗਾਵਤ ਕਰ ਦਿੱਤੀ ਗਈ ਹੈ, ਯਾਨੀ ਕਿ ਉਹਨਾਂ ਨੇ ਦੁਸ਼ਯੰਤ ਚੌਟਾਲਾ ਦੇ ਪੋਤੜੇ ਫਰੋਲਣੇ ਸ਼ੁਰੂ ਕਰ ਦਿੱਤੇ ਆ। ਉਹਨਾਂ ਨੇ ਕਿਹਾ ਜੀ ਕਿ ਦੁਸ਼ਯੰਤ ਕਿਸੇ ਦੀ ਸੁਣ ਕੇ ਰਾਜ਼ੀ ਨਹੀਂ, ਜੇ ਕੋਈ ਰਾਏ ਦੇਵੇ ਤਾਂ ਇਹਨਾਂ ਨੂੰ ਭਰਿੰਡ ਵਾਂਗੂ ਲੜਦਾ, ਇਹ ਰਾਏ ਦੇਣ ਵਾਲੇ ਬੰਦੇ ਨੂੰ ਪਸੰਦ ਹੀ ਨਹੀਂ ਕਰਦੇ। ਹਾਲਾਂਕਿ ਇਸ ਮਾਮਲੇ ਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਉੱਭਰ ਕੇ ਸਾਹਮਣੇ ਆ ਗਿਆ। ਜੇਕਰ ਦੁਸ਼ਯੰਤ ਚੌਟਾਲਾ ਦੀ ਪਾਰਟੀ ਦੇ ਵਿੱਚੋਂ ਹੋਰ ਕਈ ਨੇਤਾ ਇੱਦਾਂ ਬਗਾਵਤ ਕਰ ਦਿੰਦੇ ਆ ਤਾਂ ਫਿਰ ਹਰਿਆਣੇ ਦੇ ਵਿੱਚ ਗੱਠਜੋੜ ਕਿਵੇਂ ਬਰਕਰਾਰ ਰਹੂਗਾ, ਇਸ ਗੱਲ ਦੇ ਉੱਤੇ ਵੀ ਸਵਾਲ ਖੜ੍ਹਾ ਹੋਣਾ ਕੁਦਰਤੀ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ, ਬਾਅਦ ਵਿੱਚ ਕਰਾਂਗੇ ਟਿੱਪਣੀ। ਹਰਿਆਣਾ ਦੇ ਵਿੱਚ ਗੱਠਜੋੜ ਦੀ ਹਿੱਸੇਦਾਰ ਜਨ ਨਾਇਕ ਜਨਤਾ ਪਾਰਟੀ ਦੀ ਅੰਦਰੂਨੀ ਫੁੱਟ ਉਸ ਵਕਤ ਉਜਾਗਰ ਹੋ ਗਈ ਜਦੋਂ ਪਾਰਟੀ ਵਿਧਾਇਕ ਰਾਜਕੁਮਾਰ ਗੌਤਮ ਨੇ ਰਾਸ਼ਟਰੀ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਇਸ ਤੋਂ ਇਲਾਵਾ ਵਿਧਾਇਕ ਗੌਤਮ ਨੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਖਿਲਾਫ਼ ਕਾਫੀ ਭੜਾਸ ਵੀ ਕੱਢੀ ਹੈ ਅਤੇ ਇਸ ਗੱਲ ਦਾ ਦਾਅਵਾ ਕੀਤਾ ਕਿ ਜਨ ਨਾਇਕ ਜਨਤਾ ਪਾਰਟੀ ਦੇ ਕਈ ਵਿਧਾਇਕ ਦੁਸ਼ਯੰਤ ਦੀ ਕਾਰਜਸ਼ੈਲੀ ਤੋਂ ਨਿਰਾਸ਼ ਨੇ। ਦੱਸਣਾ ਬਣਦਾ ਕਿ ਰਾਜਕੁਮਾਰ ਗੌਤਮ ਨੇ ਪਾਰਟੀ ਤਾਂ ਨਹੀਂ ਛੱਡੀ ਪਰ ਪਾਰਟੀ ਤੋਂ ਦੂਰੀ ਬਣਾਉਣ ਦੇ ਸੰਕੇਤ ਜ਼ਰੂਰ ਦਿੱਤੇ ਨੇ। ਇਹ ਵੀ ਦੱਸਿਆ ਜਾਂਦਾ ਕਿ ਇੱਕ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਪਹੁੰਚੇ ਰਾਜਕੁਮਾਰ ਗੌਤਮ ਨੇ JJP ਦੇ ਰਾਸ਼ਟਰੀ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਉਹਨਾਂ ਨੇ ਪਾਰਟੀ ਦੇ ਰਾਸ਼ਟਰੀ ਉਪ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਕੇ ਪਾਰਟੀ ਸੁਪਰੀਮੋ ਅਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਖਿਲਾਫ਼ ਭੜਾਸ ਕੱਢੀ ਹੈ। ਉਹਨਾਂ ਕਿਹਾ ਕਿ ਇਹ ਸਹੀ ਹੈ ਕਿ ਉਹ ਦੁਸ਼ਯੰਤ ਦੇ ਕਾਰਨ ਹੀ MLA ਬਣੇ ਪਰ ਦੁਸ਼ਯੰਤ ਨੂੰ ਉਪ ਮੁੱਖ ਮੰਤਰੀ ਉਹਨਾਂ ਨੇ ਹੀ ਬਣਾਇਆ। ਗੌਤਮ ਨੇ ਕਿਹਾ ਕਿ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਗੁਰੂਗ੍ਰਾਮ ਦੇ ਮਾਲ ਵਿੱਚ ਜੋ ਗੁਪਤ ਸਮਝੌਤਾ ਹੋਇਆ ਉਸ ਦੇ ਲਈ ਬਲੀ ਦਾ ਬੱਕਰਾ ਮੈਨੂੰ ਕਿਉਂ ਬਣਾਇਆ ਗਿਆ। ਦੱਸਣਯੋਗ ਹੈ ਕਿ ਗੌਤਮ ਹਿਸਾਰ ਜ਼ਿਲ੍ਹਾ ਦੇ ਨਾਰਨੌਦ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਨੇ। ਉਹਨਾਂ ਨੇ ਸਾਬਕਾ ਵਿੱਤ ਮੰਤਰੀ ਅਭਿਮੰਨਿਊ ਨੂੰ ਹਰਾ ਕੇ ਵਿਧਾਨ ਸਭਾ ਦੇ ਵਿੱਚ ਪਹੁੰਚ ਕੀਤੀ। ਦੂਜੇ ਪਾਸੇ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਮਾਮਲਾ ਮੇਰੀ ਜਾਣਕਾਰੀ ਦੇ ਵਿੱਚ ਨਹੀਂ, ਸੱਤਾ ਤੋਂ ਦੂਰ ਜਾ ਰਹੀ ਭਾਜਪਾ ਨੂੰ ਜਦੋਂ ਦੁਸ਼ਯੰਤ ਚੌਟਾਲਾ ਦੀ ਅਗਵਾਈ ਵਾਲੀ ਜਨ ਨਾਇਕ ਜਨਤਾ ਪਾਰਟੀ ਨੇ ਸਮਰਥਨ ਦਿੱਤਾ ਉਸ ਸਮੇਂ ਹੀ ਚਰਚਾ ਦਾ ਦੌਰ ਸ਼ੁਰੂ ਹੋ ਗਿਆ ਸੀ ਕਿ ਸੀਨੀਆਰਤਾ ਦੇ ਆਧਾਰ 'ਤੇ ਰਾਜਕੁਮਾਰ ਗੌਤਮ ਨੂੰ ਸਰਕਾਰ ਵਿੱਚ ਸ਼ਾਮਲ ਕੀਤਾ ਜਾਵੇਗਾ। ਮਨੋਰ ਮੰਤਰੀ ਮੰਡਲ ਵਿਸਥਾਰ ਦੌਰਾਨ ਆਖਰੀ ਸਮੇਂ ਤੱਕ ਇਹ ਅਟਕਲਾਂ ਚੱਲਦੀਆਂ ਰਹੀਆਂ ਕਿ ਰਾਜਕੁਮਾਰ ਗੌਤਮ ਨੂੰ ਜਨ ਨਾਇਕ ਜਨਤਾ ਪਾਰਟੀ ਦੇ ਕੋਟੇ ਤੋਂ ਮੰਤਰੀ ਬਣਾਇਆ ਜਾਵੇਗਾ, ਪਰ ਦੁਸ਼ਯੰਤ ਨੇ ਆਪਣੇ ਤੋਂ ਇਲਾਵਾ ਦੂਜਾ ਮੰਤਰੀ ਅਹੁਦਾ ਅਨੂਪ ਧਾਰਕ ਨੂੰ ਦਿੱਤਾ, ਜਿਸ ਤੋਂ ਬਾਅਦ ਰਾਜਕੁਮਾਰ ਗੌਤਮ ਅਤੇ ਦੋ ਹੋਰ ਸੀਨੀਅਰ ਵਿਧਾਇਕ ਅੰਦਰੂਨੀ ਤੌਰ 'ਤੇ ਦੁਸ਼ਯੰਤ ਤੋਂ ਨਾਰਾਜ਼ ਚੱਲ ਰਹੇ ਨੇ। ਅਹੁਦਿਆਂ ਪਿੱਛੇ ਚੱਲ ਰਹੀ ਇਹ ਨਾਰਾਜ਼ਗੀ ਬੁੱਧਵਾਰ ਜਨਤਕ ਵੀ ਹੋ ਗਈ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਹਰਿਆਣੇ ਦੇ ਵਿੱਚ 90 ਚੋਂ 40 ਸੀਟਾਂ ਦੇ ਉੱਤੇ ਜਿੱਤ ਹਾਸਲ ਕੀਤੀ, ਜਨ ਨਾਇਕ ਜਨਤਾ ਪਾਰਟੀ ਨੇ 10 ਅਤੇ ਕਾਂਗਰਸ ਦੇ ਹਿੱਸੇ ਦੇ ਵਿੱਚ 31 ਸੀਟਾਂ ਆਈਆਂ। JJP ਦੇ ਸਹਿਯੋਗ ਦੇ ਨਾਲ ਹਰਿਆਣੇ ਵਿੱਚ ਭਾਜਪਾ ਦੁਬਾਰਾ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਈ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇਹ ਅਹੁਦਿਆਂ ਦੀ ਦੌੜ ਹੈ। ਅਸਲ ਦੇ ਵਿੱਚ ਮੁੱਦਾ ਬੇਸ਼ੱਕ ਕੋਈ ਹੋਰ ਮੂਹਰੇ ਰੱਖਿਆ ਜਾਵੇ ਪਰ ਅੰਦਰਲੀਆਂ ਭਾਵਨਾਵਾਂ ਅਤੇ ਅੰਦਰਲਾ ਦਰਦ ਕੁਝ ਹੋਰ ਬਿਆਨ ਕਰਦਾ। ਜੇਕਰ ਰਾਜਕੁਮਾਰ ਗੌਤਮ ਸਾਹਿਬ ਨੂੰ ਮੰਤਰੀ ਮੰਡਲ ਦੇ ਵਿੱਚ ਲੈ ਲਿਆ ਜਾਂਦਾ ਤਾਂ ਸ਼ਾਇਦ ਉਹਨਾਂ ਨੂੰ ਗੁਰੂਗ੍ਰਾਮ ਦੇ ਮੌਲ ਵਾਲਾ ਵੀ ਕੋਈ ਬਹੁਤਾ ਵੱਡਾ ਮਸਲਾ ਨਾ ਜਾਪਦਾ, ਪਰ ਅੱਜ ਉਹਨਾਂ ਨੂੰ ਉਹ ਮਸਲਾ ਵੱਡਾ ਜਾਪਦਾ ਅਤੇ 2-3 ਪਤਾ ਲੱਗਾ ਵੀ ਹਰਿਆਣੇ ਦੇ ਵਿੱਚ ਜਨ ਨਾਇਕ ਜਨਤਾ ਪਾਰਟੀ ਦੇ ਵਿਧਾਇਕ ਹੋਰ ਵੀ ਇਹੋ ਜਿਹੇ ਆ ਜਿਨ੍ਹਾਂ ਦੇ ਮਨ ਦੇ ਵਿੱਚ ਇੱਕ ਚੀਸ ਹੈ ਕਿ ਸਾਨੂੰ ਕਿਉਂ ਨਹੀਂ ਮੰਤਰੀ ਮੰਡਲ ਦੇ ਵਿੱਚ ਲਿਆ ਗਿਆ। ਦੁਸ਼ਯੰਤ ਚੌਟਾਲਾ ਨੂੰ ਵੀ ਖੁਦ ਨੂੰ ਆਸ ਨਹੀਂ ਸੀ ਕਿ ਸਾਡੀ ਪਾਰਟੀ ਦੇ ਵੱਲੋਂ 10 ਸੀਟਾਂ ਲੈਣ ਤੋਂ ਬਾਅਦ ਇੱਕ ਨਿਰਣਾਇਕ ਭੂਮਿਕਾ ਜਿਹੜੀ ਸਰਕਾਰ ਬਣਾਉਣ ਦੇ ਵਿੱਚ ਨਿਭਾਈ ਜਾਊਗੀ। ਜੇਕਰ ਇਹ 10 ਸੀਟਾਂ ਨਾ ਮਿਲਦੀਆਂ, ਹਰਿਆਣੇ ਦੇ ਹੱਕ ਦੇ ਵਿੱਚ ਨਾ ਜਾਂਦੀਆਂ, ਯਾਨੀ ਕਿ ਭਾਜਪਾ ਦੇ ਹੱਕ 'ਚ ਨਾ ਜਾਂਦੀਆਂ, ਉੱਥੇ ਬਹੁਮਤ ਨਹੀਂ ਸੀ ਮਿਲਣਾ, ਅਤੇ ਜੇਕਰ ਬਹੁਮਤ ਨਾ ਹੁੰਦਾ ਤਾਂ ਸਰਕਾਰ ਨਹੀਂ ਸੀ ਬਣਨੀ। ਇਸ ਕਰਕੇ ਇਹਨਾਂ 10 ਸੀਟਾਂ
ਪਰ ਜੇਕਰ ਇਹਨਾਂ ਦਸਾਂ ਦੇ ਵਿੱਚੋਂ ਤਿੰਨ ਚਾਰ ਜਣੇ ਨਾਰਾਜ਼ ਬੈਠੇ ਆ ਅਤੇ ਉਹ ਮੰਨ ਲਓ ਕੱਲ੍ਹ ਨੂੰ ਪਾਰਟੀ ਤੋਂ ਕਿਨਾਰਾ ਕਰ ਜਾਂਦੇ ਆ ਜਾਂ ਉਹਨਾਂ ਨੂੰ ਕੋਈ ਹੋਰ ਪਾਰਟੀ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੀ ਆ ਤਾਂ ਇੱਕ ਬਹੁਤ ਵੱਡੀ ਚੁਣੌਤੀ ਸਰਕਾਰ ਵਾਸਤੇ ਵੀ ਪੈਦਾ ਹੋ ਸਕਦੀ ਹੈ। ਸੋ ਇਸ ਕਰਕੇ ਜ਼ਰੂਰਤ ਇਸ ਗੱਲ ਦੀ ਹੈ ਕਿ ਉਸ ਥਾਂ ਦੇ ਉੱਤੇ ਜਿੱਥੇ ਕਿ ਸੀਨੀਅਰ ਵਿਧਾਇਕ ਨੇ ਜਿਹੜੇ ਕਿ ਦੁਸ਼ਯੰਤ ਚੁਟਾਲਾ ਦੇ ਬਾਬਿਆਂ ਦੀ ਉਮਰ ਦੇ ਆ, ਵੱਡੀ ਉਮਰ ਦੇ ਆ, ਉਹਨਾਂ ਨੂੰ ਸੰਤੁਸ਼ਟ ਕਰਨ ਦੇ ਲਈ ਵੀ ਕੁਝ ਨਾ ਕੁਝ ਕੀਤਾ ਜਾਵੇ। ਵੈਸੇ ਹਰ ਸੂਬੇ ਦੇ ਵਿੱਚ ਇਹੋ ਜਿਹੀ ਗੱਲ ਕਿਤੇ ਨਾ ਕਿਤੇ ਛਿੜਦੀ ਹੈ। ਜਦੋਂ ਅਕਾਲੀ ਦਲ ਦੀ ਪੰਜਾਬ ਦੇ ਵਿੱਚ ਸਰਕਾਰ ਸੀ ਉਦੋਂ ਵੀ ਕਈ ਲੋਕਾਂ ਦੀ ਆਸ ਸੀ ਕਿ ਸਾਨੂੰ ਮੰਤਰੀ ਮੰਡਲ ਦੇ ਵਿੱਚ ਲਿਆ ਜਾਣਾ, ਪਰ ਨਹੀਂ ਸੀ ਲਿਆ ਗਿਆ। ਉਹਨਾਂ ਦੇ ਅੰਦਰ ਵੀ ਇਹ ਦਰਦ ਆ ਜਿਹੜਾ ਉਹ ਜਾਗਦਾ ਰਿਹਾ। ਹੁਣ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ, ਕਈ ਵਿਧਾਇਕ ਜਿਹੜੇ ਕਿ ਤਿੰਨ ਤਿੰਨ ਚਾਰ ਚਾਰ ਵਾਰ MLA ਬਣਨ ਦੇ ਵਿੱਚ ਸਫਲ ਹੋਏ ਆ, ਜਿਹਨਾਂ ਨੂੰ ਆਸ ਸੀ ਕਿ ਕੈਪਟਨ ਸਾਹਿਬ ਐਤਕੀ ਸਾਨੂੰ ਵਜ਼ਾਰਤ ਵਿੱਚ ਲੈਣਗੇ, ਉਹਨਾਂ ਨੂੰ ਮੌਕਾ ਨਹੀਂ ਮਿਲਿਆ। ਉਹ ਵੀ ਆਪਣੇ ਦਰਦ ਨੂੰ ਸਮੇਂ ਦੇ ਉੱਤੇ ਜ਼ਾਹਰ ਕਰਦੇ ਰਹਿੰਦੇ ਆ। ਸੋ ਇਸ ਦਰਦ ਦੀ ਦਵਾਈ ਤਾਂ ਸੰਬੰਧਿਤ ਮੁੱਖ ਮੰਤਰੀ ਨੇ, ਸੰਬੰਧਿਤ ਪਾਰਟੀ ਦੇ ਨੇਤਾਵਾਂ ਨੇ ਲੱਭਣੀ ਆ, ਪਰ ਲੱਭਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਜਾਂਦੀ ਜਦੋਂ ਕੰਮ ਸਾਰਾ ਕੁਝ ਸਹੀ ਚੱਲ ਰਿਹਾ ਹੋਵੇ ਉਸ ਵੇਲੇ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ, ਬਹੁਤ ਬਹੁਤ ਮਿਹਰਬਾਨੀ।